ਦਾ ਟਾਈਮ ਮਿਲਿਆ ਸੋ ਤੇਜ਼ੀ ਨਾਲ ਬੋਲਣ ਦੀ ਕੋਸ਼ਿਸ਼ ਕਰੂੰਗਾ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੌਨ ਸਾਰੇ ਕਿਸਾਨ ਮਜ਼ਦੂਰਾਂ ਨੂੰ ਡਾਕਟਰਾਂ ਨੂੰ ਇੰਜੀਨੀਅਰਾਂ ਨੂੰ ਜਿਹੜੇ ਵੀ ਕਿੱਤੇ ਦੇ ਲੋਕ ਜਿਹੜੇ ਉਸ ਅੰਦੋਲਨ ਦਾ ਹਿੱਸਾ ਬਣੇ ਕੁਝ ਲੋਕ ਉੱਥੇ ਮੋਰਚੇ ਤੇ ਪਹੁੰਚ ਸਕੇ ਕੁਝ ਲੋਕ ਨਹੀਂ ਪਹੁੰਚ ਸਕਦੇ ਉਹਨਾਂ ਨੇ ਘਰੋਂ ਹੀ ਇਨੀਆਂ ਅਰਦਾਸਾਂ ਕੀਤੀਆਂ ਕਿਉਂਕਿ ਲੱਖ ਮਜਬੂਰੀਆਂ ਹੁੰਦੀਆਂ ਵਾਂ ਉਹ ਮਜਬੂਰੀਆਂ ਦੇ ਕਰਕੇ ਉਹ ਨਹੀਂ ਪਹੁੰਚ ਸਕੇ ਪਰ ਮੈਨੂੰ ਪਤਾ ਪੰਜਾਬ ਦੇ ਘਰਾਂ ਦੇ ਵਿੱਚ ਕੋਈ ਵੀ ਐਸਾ ਕਰਨੀ ਹੋਊਗਾ ਜਿਨੇ ਅਰਦਾਸਾਂ ਨਾ ਕੀਤੀਆਂ ਹੋਣਗੇ ਇਸ ਅੰਦੋਲਨ ਲਈ ਪੂਜਾ ਨਾ ਕੀਤੀ ਹੋਗੀ ਇਸ ਅੰਦੋਲਨ ਲਈ ਸੋ ਸਾਰਿਆਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਅਰਦਾਸਾਂ ਜਿਹੜੀਆਂ ਉਹ ਪੂਰੀਆਂ ਹੋਈਆਂ ਔਰ ਅਸੀਂ ਇਹ ਅੰਦੋਲਨ ਜਿੱਤ ਚੁੱਕੇ ਆ ਪਰ ਕਦੀ ਵੀ ਕੋਈ ਵੀ ਜਰਨਲ ਕੋਈ ਵੀ ਫੌਜਾਂ ਜਦੋਂ ਵੱਡਾ ਕਿਲਾ ਵੱਡੀ ਲੜਾਈ ਜਦੋਂ ਜਿੱਤ ਲੈਂਦੀ ਆ ਉਹ ਸਭ ਤੋਂ ਪਹਿਲਾਂ ਆਪਣੇ ਘਰ ਵਾਪਸ ਆ ਕੇ ਆਪਣੇ ਜਿੱਥੇ ਵੀ ਉਹਦਾ ਰਾਜਪਾਕ ਹੁੰਦਾ ਉੱਥੇ ਵਾਪਸ ਆ ਕੇ ਵੇਖਦੀ ਆ ਵਾ ਕਿ ਯਾਰ ਕਿਹੜੀਆਂ ਸਾਡੇ ਚ ਕਮੀਆਂ ਰਹਿ ਗਿਆ ਸੀ ਕਿ ਇਹ ਅੰਦੋਲਨ ਇੰਨਾ ਲੰਬਾ ਚੱਲਿਆ ਇਹ ਲੜਾਈ ਇੰਨੀ ਲੰਬੀ ਚੱਲੀ ਕਿੱਦਾਂ ਸੀ ਆਪਣੇ ਆਪ ਨੂੰ ਹੋਰ ਤਕੜਾ ਕਰ ਸਕਦੇ ਆ ਕਿ ਜਿਹੜਾ ਅਗਲੀ ਲੜਾਈ ਆ ਕਿਉਂਕਿ ਯਾਦ ਕਰਿਓ ਇਨਕਲਾਬ ਜਿਹੜਾ ਉਹ ਚੱਲਦਾ ਰਹਿੰਦਾ ਉਹ ਕਦੀ ਵੀ ਬੰਦ ਨਹੀਂ ਹੁੰਦਾ ਕਈ ਲੋਕਾਂ ਦੇ ਯਾਰ ਇਹ ਜਿਹੜੀ ਲੜਾਈ ਹੈ 70% ਜਿਹੜੀ ਨਹੀਂ ਬਾਈ ਇਹ ਲੜਾਈ 100% ਜਿੱਤ ਲਈ ਆ ਪਰ ਇਨਕਲਾਬ ਜਿਹੜਾ ਹੁੰਦਾ ਉਹ ਚੱਲਦਾ ਰਹਿੰਦਾ ਹੁਣ ਇਨਕਲਾਬ ਜੇ ਚੱਲਦਾ ਰਹਿੰਦਾ ਇਹਦਾ ਮਤਲਬ ਅਗਲੀ ਲੜਾਈ ਵੀ ਆਊਗੀ ਉਸ ਲੜਾਈ ਲਈ ਸਾਨੂੰ ਤਕੜੇ ਹੋਣਾ ਪੈਣਾ ਆਪਣੀਆਂ ਕਮੀਆਂ ਲੱਭੜੀਆਂ ਪੈਣੀਆਂ ਮੈਂ ਤੁਹਾਡੇ ਅੱਗੇ ਕੁਝ ਕਮੀਆਂ ਰੱਖਣ ਲੱਗਾ ਉਹ ਕਮੀਆਂ ਤੁਹਾਡੇ ਬਹੁਤ ক্লোਜ਼ ਨੇ ਕਿਉਂਕਿ ਜਿਹੜੀ ਤੁਹਾਡੀ ਲੜਾਈ ਆ ਉਹ ਲੜਾਈ ਵਿੱਚ ਵੀ ਇਹ ਕਮੀਆਂ ਹੈ ਹੁਣ ਉਹ ਕਿਹੜੀਆਂ ਕਮੀਆਂ ਨੰਬਰ 1 এডਿਕੇਸ਼ਨ ਦੀ ਬਹੁਤ ਕਮੀ ਆ ਸਾਡੇ ਬੱਚੇ ਪੜ੍ਹ ਲਿਖਣੀ ਪਾਉਂਦੇ ਜੇ ਤੁਹਾਡੇ ਬੱਚੇ ਪੜ੍ਹਨਗੇ ਨਹੀਂ ਤੇ ਕਾਰਪੋਰੇਟ ਨੇ ਦੇ ਆਉਣਾ ਹੀ ਆਉਣਾ ਇਹ ਸਮਝਣ ਦੀ ਕੋਸ਼ਿਸ਼ ਕਰੋ ਜੇ ਬ੍ਰੇਨ ਨਾ ਡਿਵੈਲਪ ਕੀਤਾ ਤੁਸੀਂ ਤੁਹਾਡੇ ਬੱਚੇ ਡਾਕਟਰ ਨਾ ਬਣੇ ਇੰਜੀਨੀਅਰ ਨਾ ਬਣੇ ਤੁਹਾਡੇ ਬੱਚੇ ਡੀਸੀ ਨਾ ਲੱਗੇ ਤੇ ਫਿਰ ਕਿੱਦਾਂ ਤੁਸੀਂ ਸਮਝਦੇ ਹੋ ਕਿ ਕਾਰਪੋਰੇਟ ਅੱਗੇ ਨਾ ਆਊਗਾ ਆਪਣੇ ਬੱਚਿਆਂ ਨੂੰ ਪੜਾਉਣਾ ਪਊਗਾ ਜੇ ਸਰਕਾਰ ਕੋ ਆਉਣ ਵਾਲੀਆਂ ਇਲੈਕਸ਼ਨਾਂ 'ਚ ਇੱਕ ਚੀਜ਼ ਮੰਗਣੀ ਆ ਤੇ ਮੰਗਿਓ ਪੜ੍ਹਾਈ ਆਪਣੇ ਬੱਚਿਆਂ ਦੀ ਪੜ੍ਹਾਈ ਜੇ ਦੂਜੀ ਚੀਜ਼ ਮੰਗਣੀ ਆ ਤੇ ਮੰਗਿਓ ਹੈਲਥ케ਅਰ ਆਪਣੇ ਬੱਚਿਆਂ ਲਈ ਹੈਲਥ ਮੰਗਿਓ ਸਿਹਤ ਮੰਗਿਓ ਵੇਖੋ ਆ ਜਿਹੜਾ ਪੋਲੂਸ਼ਨ ਤੁਸੀਂ ਉੱਪਰ ਵੇਖੋ ਆਸਮਾਨ ਬਾਬੇ ਨਾਨਕ ਦੀ ਆਰਤੀ ਦੀ ਗੱਲ ਕਰਦੇ ਆ ਹੁਣ ਤੇ ਆਰਤੀ ਵੀ ਉਹ ਮੋਮਬਤੀਆਂ ਨਾ ਕਰਨ ਲੱਗ ਪਏ ਲੋਕ ਵੇਖੋ ਜੇ ਬਾਬੇ ਨਾਨਕ ਦੀ ਆਰਤੀ ਤੱਕ ਪਹੁੰਚਣਾ ਤੇ ਆਪਣਾ ਵਾਤਾਵਰਣ ਸਾਫ਼ ਕਰਨਾ ਪਊਗਾ এনवायरमेंट ਦੀ ਇੱਕ ਵੱਡੀ ਲੜਾਈ ਆ ਲੜਨੀ ਪਊਗੀ ਉਹ ਵੀ ਮੰਗ ਅੱਗੇ ਰੱਖਣੀ ਪਊਗੀ ਹੈਲਥ ਕਿਉਂਕਿ ਅਜਰੀ এনवायरमेंट ਅੱਜ ਕੈਂਸਰ ਬਣ ਚੁੱਕੀ ਆ ਉਹਦੇ ਲਈ ਵਾਤਾਵਰਣ ਸਾਫ਼ ਕਰਨਾ ਪਊਗਾ ਹੈਲਥ케ਅਰ ਦੀ ਹਸਪਤਾਲਾਂ ਦੀ ਲੋੜ ਆ ਸਾਡੇ ਜਿਹੜੇ ਡਾਕਟਰ ਬਾਹਰ ਭੱਜ ਜਾਂਦੇ ਬਾਹਰਲੇ ਦੇਸ਼ਾਂ ਚੋਂ ਉਹਨਾਂ ਨੂੰ ਵਾਪਸ ਲਿਆਉਣ ਦੀ ਲੋੜ ਆ ਚੰਡੀਗੜ੍ਹ ਲਿਆ ਕੇ ਜਿਹੜੀਆਂ ਨਰਸਾਂ ਦੇ ਸਿਰਾਂ 'ਚ ਡਾਂਗਾ ਮਾਰੀਆਂ ਜਾਂਦੀਆਂ ਜਿਹੜੇ ਫਾਰਮਾਸਿਸਟਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਸਿਰਾਂ 'ਚ ਡਾਂਗਾ ਮਾਰਿਆ ਉਹਦੇ ਖਜ਼ਾਨੇ ਭਰੇ ਆ ਜੇ ਖਜ਼ਾਨੇ ਭਰੇ ਆ ਤੇ ਟੀਚਰਾਂ ਦੇ ਸਿਰਾਂ 'ਚ ਕਿਉਂ ਡਾਂਗਾ ਮਾਰਨਦੇ ਹੋ ਉਹ ਤੇ ਗੁਰੂ ਹੁੰਦੇ ਆ ਜਿਹੜੀ ਕੌਮ ਦੇ ਟੀਚਰਾਂ ਨੂੰ ਡਾਂਗਾ ਪੈਣ ਲੱਗ ਪણો ਕੌਮ ਦਾ ਕੋਹ ਨਹੀਂ ਰਹਿੰਦਾ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੈਠੀਏ ਕੋਈ ਐਸੇ ਕੰਮ ਕਰੋ ਕਿ ਟੀਚਰਾਂ ਫਾਰਮਾਸਿਸਟ ਨਰਸਾਂ ਨੂੰ ਡਾਂਗਾ ਮਾਰਨੀਆਂ ਬੰਦ ਹੋ ਜਾਣ ਜੇ ਹੋਰ ਮੰਗਣਾ ਤੇ ਨਸ਼ੇ ਦੇ ਖਿਲਾਫ ਲੜਾਈ ਲੜੋ ਇਹ ਜਿਹੜਾ ਨਸ਼ਾ ਵਾ ਇਹ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਖਤਮ ਕਰ ਰਿਹਾ ਤੁਹਾਡਾ ਡੀਐਨਏ ਹਿੱਟ ਕਰ ਰਿਹਾ ਤੁਹਾਡੀ ਸਰਕਾਰ ਇਹ ਕਹਿੰਦੀ ਆ ਕਿ ਜਿਹੜੀ ਕੀ ਜਾਂਦੇ ਉਹਦੇ ਸ਼ਰਾਬ ਦੀ ਜਿਹੜੀ ਵਪਾਰ ਜਿਹੜਾ ਟੈਕਸ ਆ ਉਹਦੇ ਕਰਕੇ ਸਟੇਟ ਚੱਲ ਕੇ ਚੱਲਦੀ ਆ ਕਿੰਨੀ ਬੇਸ਼ਰਮੀ ਦੀ ਗੱਲ ਆ ਤਾਨੂੰ ਬੇਸ਼ਰਮੀ ਨਹੀਂ ਫੀਲ ਹੁੰਦੀ ਇਹ ਚੀਜ਼ ਵਿੱਚੋਂ ਕਿ ਸਾਡੀ ਜਿਹੜੀ ਸਟੇਟ ਆ ਉਹ ਆਪਣੇ ਬੱਚਿਆਂ ਨੂੰ ਨਸ਼ਾ ਵੇਚ ਕੇ ਚੱਲਦੀ ਆ ਉਹ ਟੈਕਸ ਤੋਂ ਚੱਲਦੀ ਆ ਕਿ ਇਹ ਇੰਨੇ ਸਾਲਾਂ 'ਚ 70 ਸਾਲਾਂ 'ਚ ਕੋਈ ਵੀ ਵਪਾਰ ਨਹੀਂ ਕਰ ਸਕੇ ਕਿ ਸਾਡੀ ਸਟੇਟ ਕਿਸੇ ਚੰਗੇ ਕੰਮ ਤੋਂ ਚੱਲ ਸਕੇ ਇਹ ਗੱਲਾਂ ਨੇ এনवायरमेंट ਤੇ ਬੜੇ ਮੁੱਦੇ ਨੇ ਪਰ ਜੇ ਵੇ ਗੱਲ ਕਰਾਂ ਬਸ ਮੇਨ ਮੁੱਦਾ ਐਜੂਕੇਸ਼ਨ ਦਾ ਹੈਲਥ ਕੇਅਰ ਦਾ ਇਹ ਲਾ ਇੱਕ ਦੂਜੀ ਗੱਲ ਵੱਡੀ ਗੱਲ ਜਿਹੜੀ ਸਾਡੀ ਸਟੇਜਾਂ ਤੇ ਵੀ ਹੋਈ ਕਿਉਂਕਿ ਮਜ਼ਦੂਰ ਭਾਈਚਾਰਾ ਉੱਥੇ ਸੀ ਸਿੱਖ ਵਰਸਸ ਕਾਮਰੇਡ ਸਿੱਖ ਵਰਸਸ ਹਿੰਦੂ ਧਰਮਾਂ ਨੂੰ ਵੰਡਣ ਦੀ ਕੋਸ਼ਿਸ਼ ਹੋਈ ਕਿਤੇ ਨਾ ਕਿਤੇ ਸਾਨੂੰ ਆਪਣੇ ਭਾਈਚਾਰੇ ਚ ਭਾਈਚਾਰਕ ਸਾਂਝ ਸਮਝਣੀ ਪਾਉਗੀ ਇੱਕ ਦੂਜੇ ਦੇ ਧਰਮ ਸਮਝੜੇ ਪਹਿਣਗੇ ਜੇ ਕੋਈ ਸਿੱਖਾਂ ਨੂੰ ਹਿੰਦੂ ਸਮਝਣਾ ਪਊਗਾ ਜੇ ਕੋਈ ਹਿੰਦੂਆਂ ਨੂੰ ਸਿੱਖ ਨੂੰ ਸਮਝਣਾ ਪਊਗਾ ਸਿੱਖ ਤੇ ਹਿੰਦੂ ਨੂੰ ਮੁਸਲਮਾਨ ਨਾਲ ਪਿਆਰ ਕਰਨਾ ਪਊਗਾ ਔਰ ਮੁਸਲਮਾਨ ਨੂੰ ਸਿੱਖ ਤੇ ਹਿੰਦੂ ਨਾਲ ਪਿਆਰ ਕਰਨਾ ਪਊਗਾ ਕਿਉਂਕਿ ਜੇ ਤੁਸੀਂ ਆਪਣੇ ਧਰਮ ਗ੍ਰੰਥ ਪੜੋ ਆਪਣੇ ਧਰਮ ਗ੍ਰੰਥ ਪੜੋ ਉਹਨਾਂ ਵਿੱਚ ਇਹੋ ਹੀ ਲਿਖਿਆ ਕਿ ਆਪਣਾ ਪਿਆਰ ਕਿੱਦਾ ਵਧਾਉਣਾ ਕੋਈ ਵੀ ਧਰਮ ਤੁਹਾਨੂੰ ਇਹ ਨਹੀਂ ਸਿਖਾਉਂਦਾ ਕਿ ਇੱਕ ਦੂਜੇ ਦੀ ਜਾਣ ਲਓ ਇੱਕ ਦੂਜੇ ਨੂੰ ਮਾਰ ਕੇ ਉਹਦੇ ਉੱਪਰ ਮੰਦਿਰ ਗੁਰਦੁਆਰਾ ਬਣਾਓ ਇਹ ਕੋਈ ਧਰਮ ਨਹੀਂ ਸਿਖਾਉਂਦਾ ਜੇ ਤੁਸੀਂ ਮਹਾਭਾਰਤ ਰਮਾਇਣ ਕਿਸੇ ਨੂੰ ਵੀ ਵੇਖੋ ਉਹ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣ ਨੂੰ ਕਹਿੰਦੇ ਨੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਪੜੋ ਉਹ ਵੀ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣ ਨੂੰ ਕਹਿੰਦੇ ਨੇ ਇਹ ਕਿਹੜੇ ਲੋਕ ਨੇ ਜਿਹੜੇ ਧਰਮ ਦਾ ਇਸਤੇਮਾਲ ਕਰਕੇ ਰਾਜਨੀਤੀ ਕਰਦੇ ਨੇ ਜਿਹੜੇ ਧਰਮ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਮਾਰਦੇ ਨੇ ਇਹ ਗੱਲਾਂ ਮੰਗਿਓ ਵਾਲੀ ਇਲੈਕਸ਼ਨਾਂ ਚ ਮੇਰੇ ਬਹੁਤ ਹੀ ਸਤਿਕਾਰਯੋਗ ਪਰਗੜ ਸਿੰਘ ਜੀ ਜਾ ਮਾਰਾਏ ਮੈਨੂੰ ਹੱਥ ਲਾ ਰਹੇ ਨੇ ਜਦੋਂ ਸਾਡੇ ਵੱਡੇ ਸਾਨੂੰ ਹੱਥ ਲਾਉਣ ਇਹਦਾ ਮਤਲਬ ਸਾਨੂੰ ਬੋਲਣਾ ਬੰਦ ਕਰ ਦੇਣਾ ਚਾਹੀਦਾ ਵਾ ਮੈਂ ਇੰਨੀਆਂ ਗੱਲਾਂ ਚ ਉਸਤਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਇਨਕਲਾਬ ਜ਼ਿੰਦਾਬਾਦ ਮੇਰਾ ਛੋਟਾ ਵੀਰ ਤਰਮਿੰਦਰ ਇਹਦੀ ਵੀ ਬੜੀ ਮਿਹਨਤ ਰਹੀ ਐ ਇਸ ਅੰਦੋਲਨ ਚ ਇਹਨੂੰ ਵੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ